आप सभी को मेरा सादर जय जिनेंद्र। आत्मा चैनल पर प्रसारित धार्मिक समाचार देख रहे सभी दर्शकों का मैं अभिनंदन फिर एक बार स्वागत करता हूँ। आज के धार्मिक व सामाजिक समाचार कुछ इस प्रकार हैं। लंबी की गांव बलोच केरा में बाबा रुकमन दास जी की याद में हर वर्ष की तरह इस बार भी 20वां सालाना जोड़ मेले का आयोजन किया गया, जिसमें सामाजिक बुराइयों के खिलाफ लोगों को जागरूक करने के लिए नाटक मेले भी करवाए गए और वातावरण को हरियाली भरा बनाने के मकसद से कमेटी की तरफ से मुफ्त पौधे बांटे गए और 350 पौधे लगाने का प्रण किया गया। इस मौके पर इलाके भर से हजारों की तादाद में संगतों ने हाजिरी भरी। ਜਿਵੇਂ ਕਿ ਆਏ ਸਾਲ ਦੀ ਤਰ੍ਹਾਂ ਬਾਬਾ ਰੁਕਨਦੀਨ ਸੈਯਦ ਅਲੀ ਪਿੰਡ ਬਲੋਚਕਰਾ ਜਿਨ੍ਹਾਂ 'ਚ ਆਏ ਸਾਲ ਮੇਲਾ ਬੜਾ ਸ਼ਾਨ ਮਨਾਇਆ ਜਾਂਦਾ ਹੈ। ਐਤਕੀ ਵੀ ਪ੍ਰਕਾਸ਼ ਸਿੱਧੂ ਜਿਹੜੇ ਪੰਜਾਬੀ ਲੋਕ ਗਾਇਕ ਨੇ ਬੜੇ ਮਸ਼ਹੂਰ ਗਾਇਕ ਨੇ ਉਹਨਾਂ ਦਾ ਪ੍ਰੋਗਰਾਮ ਚੱਲ ਰਿਹਾ ਹੈ। ਇਸ ਤੋਂ ਪਹਿਲੇ ਇੱਕ ਨਸ਼ਿਆਂ ਦੇ ਵਿਰੁੱਧ ਇੱਕ ਬੜਾ ਵਧੀਆ ਨਾਟਕ ਪਲੇਅ ਕੀਤਾ ਗਿਆ ਸੀ ਜਿਹਨਾਂ ਵੱਧ ਲੋਕਾਂ ਨੇ ਵੱਧ ਚੜ੍ਹ ਕੇ ਉਤਸ਼ਾਹ ਲਿਆ ਅਤੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਹੈ ਕਿ ਨਸ਼ਿਆਂ ਦਾ ਪੰਜਾਬ ਦੇ ਵਿੱਚ ਜਿਵੇਂ ਅੱਜ ਚੱਲ ਰਿਹਾ ਹੈ, ਜਿਵੇਂ ਕਿ ਨੌਜਵਾਨੀ ਖਤਮ ਹੋ ਰਹੀ ਹੈ, ਲੋਕਾਂ ਦੇ ਬੱਚੇ ਜੋ ਬਾਹਰ ਜਾ ਰਹੇ ਨੇ ਬਾਹਰਲੇ ਦੇਸ਼ਾਂ ਜਾ ਰਹੇ ਨੇ, ਪੰਜਾਬ ਬਿਲਕੁਲ ਖਾਲੀ ਹੋ ਰਿਹਾ ਹੈ। ਮੁਕਤਸਰ ਸੇ ਸੋਨੂ ਖੇੜਾ ਕੀ ਰਿਪੋਰਟ। ਅੰਮ੍ਰਿਤਸਰ ਕੇ ਆਵਾਜ਼ ਹੋਟਲ ਕੇ ਸਰਹੱਦ ਕੇ ਪਾਰ ਫੂਡ ਫੈਸਟੀਵਲ ਕਾ ਆਯੋਜਨ ਕੀਆ ਗਿਆ। ਇਸ ਅਵਸਰ ਪਰ ਹੋਟਲ ਕੇ ਸ਼ੈਫ ਕੀ ਓਰ ਸੇ ਵਿਭਿੰਨ ਪ੍ਰਕਾਰ ਕੇ ਵਿਅੰਜਨ ਔਰ ਪਕਵਾਨ ਬਣਾਏ ਗਏ। ਇਸ ਅਵਸਰ ਪਰ ਹੋਟਲ ਕੀ ਸ਼ੈਫ ਜੋਤੀ ਅਰੋੜਾ ਨੇ ਬਤਾਇਆ ਕਿ ਸਰਹੱਦ ਕੇ ਪਾਰ ਮੇ ਉਨ ਵਿਅੰਜਨੋ ਔਰ ਪਕਵਾਨੋ ਕੋ ਲਾਨੇ ਕੀ ਕੋਸ਼ਿਸ਼ ਕੀ ਹੈ ਜੋ ਬਟਵਾਰੇ ਸੇ ਪਹਿਲੇ ਪੰਜਾਬ ਮੇ ਬਣਾਏ ਜਾਤੇ ਥੇ, ਜਿਸ ਕੋ ਲੋਗ ਕਾਫੀ ਹੱਦ ਤੱਕ ਭੁੱਲ ਚੁਕੇ ਹੈਂ ਯਾ ਉਨ ਕੋ ਜਾਨਤੇ ਵੀ ਨਹੀਂ ਹੈ ਔਰ ਉਨ੍ਹੇ ਉਮੀਦ ਹੈ ਕਿ ਲੋਗ ਉਨਕੇ ਦੁਆਰਾ ਬਣਾਏ ਖਾਨੇ ਕੋ ਪਸੰਦ ਵੀ ਕਰੇਂਗੇ। ਜੋਤੀ ਅਰੋੜਾ ਹੈ, ਮੈਂ ਮਾਸਟਰ ਸ਼ੈਫ ਦੀ ਫਾਈਨਲਿਸਟ ਹਾਂ ਔਰ ਅਸੀਂ ਇੱਕ ਫੂਡ ਫੈਸਟੀਵਲ ਕਰ ਰਹੇ ਹਾਂ ਸਰਹੱਦ ਕੇ ਪਾਰ ਔਰ ਅਸੀਂ ਉਹ ਰੈਸਪੀਜ਼ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀਆਂ ਲੋਕ ਜਾਣਦੇ ਹੀ ਨਹੀਂ ਹੈ, ਜਿਹੜੀਆਂ ਕਿ ਲੋਸਟ ਰੈਸਪੀਜ਼ ਨੇ, ਅਸੀਂ ਉਹਨਾਂ ਨੂੰ ਦੁਬਾਰਾ ਤੋਂ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਸਾਡੇ ਪੰਜਾਬੀ ਭੁੱਲ ਚੁੱਕੇ ਨੇ, ਜਿਹੜੀਆਂ ਮਸਾਲੇ ਵੀ ਔਰ ਜਿਹੜੀਆਂ ਰੈਸਪੀਜ਼ ਜਿਹੜੀਆਂ ਚੀਜ਼ਾਂ ਨਾ ਲੋਕ ਜਾਣਦੇ ਨਹੀਂ ਹੈ, ਅਸੀਂ ਉਹ ਦੁਬਾਰਾ ਉਹਨਾਂ ਚੀਜ਼ਾਂ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਵੋਕ ਹੋਟਲ ਨੇ ਇਹ ਬੜੀ ਮੇਰੇ ਨਾਲ ਰਲ ਕੇ ਬਹੁਤ ਖਾਸ ਕੋਸ਼ਿਸ਼ ਕੀਤੀ ਹੈ ਕਿ ਬਈ ਅਸੀਂ ਇਸ ਚੀਜ਼ ਕਾਮਯਾਬ ਹੋਈਏ ਔਰ ਅਸੀਂ ਇੱਕ ਇਹ ਜ਼ਰੂਰ ਉਪਰਾਲਾ ਕੀਤਾ ਕਿ ਬਈ ਅਸੀਂ ਪੋਕਿਟ ਫਰੈਂਡਲੀ ਕਰੀਏ ਲੋਕਾਂ ਵਾਸਤੇ ਕਿ ਜਿਹੜੀ ਲੋਕਾਂ ਵਾਸਤੇ ਬਹੁਤ ਜ਼ਿਆਦਾ ਕੋਸਟਲੀ ਨਾ ਹੋਏ ਚੀਜ਼ ਕਿ ਬਈ ਉਹ ਅਫੋਰਡ ਕਰ ਸਕਣ। ਜਿਸ ਤਰ੍ਹਾਂ ਹੁਣ ਜਿਹੜਾ ਪੰਜਾਬ ਸੀ ਸਾਡਾ ਪਾਰਟੀਸ਼ਨ ਤੋਂ ਪਹਿਲੇ, ਅਸੀਂ ਉਹਦੀਆਂ ਰੈਸਪੀਜ਼ ਲਿਆਉਂਦੀਆਂ ਜਿਹੜੀਆਂ ਅਨਡਿਵਾਈਡਡ ਪੰਜਾਬ ਤੋਂ ਸੀ। ਅੰਮ੍ਰਿਤਸਰ ਸੇ ਸੁਨੀਲ ਖੋਸਲਾ ਕੀ ਰਿਪੋਰਟ। ਲੈਕਮੀ ਅਕੈਡਮੀ ਨੇ ਹਰ ਵਰਸ਼ ਕੀ ਤਰ੍ਹਾਂ ਇਸ ਬਾਰ ਵੀ ਆਪਣਾ 5ਵਾਂ ਵਾਰਸ਼ਿਕ ਸਮਾਗਮ ਕਾ ਆਯੋਜਨ ਕੀਆ। ਇਸ ਅਵਸਰ ਪਰ ਅਕੈਡਮੀ ਕੇ ਵਿਦਿਆਰਥੀਓਂ ਦੁਆਰਾ ਮੇਗਾ ਫੈਸ਼ਨ ਸ਼ੋਅ ਵੀ ਕੀਆ ਗਿਆ, ਜਿਸਮੇਂ ਬ੍ਰਾਈਟ, ਵੈਸਟਰਨ ਬ੍ਰਾਈਟ ਔਰ ਪਾਰਟੀ ਮੇਕਅਪ ਛਾਤਰੋਂ ਦੁਆਰਾ ਤਿਆਰ ਕੀਏ ਗਏ। ਇਸ ਅਵਸਰ ਪਰ ਲੈਕਮੀ ਅਕੈਡਮੀ ਕੇ ਡਾਇਰੈਕਟਰ ਮਨੂ ਸ਼ਰਮਾ ਨੇ ਬਤਾਇਆ ਕਿ ਅਕੈਡਮੀ ਪਿਛਲੇ 5 ਵਰਸ਼ੋਂ ਕੇ ਸੌਂਦਰਯ ਕੇ ਖੇਤਰ ਮੇਂ ਆਪਣਾ ਸੰਚਾਲਨ ਸਫਲਤਾਪੂਰਵਕ ਕਰ ਰਹੀ ਹੈ। ਉਨ੍ਹਾਂ ਬਤਾਇਆ ਕਿ ਇਸ ਕੋਰਸ ਕੇ ਬਾਅਦ ਛਾਤਰ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਮੇਂ ਵੀ ਅੱਛੀ ਨੌਕਰੀ ਪ੍ਰਾਪਤ ਕਰ ਸਕਤੇ ਹੈਂ ਯਾ ਆਪਣਾ ਕਾਮ ਵੀ ਕਰ ਸਕਤੇ ਹੈਂ। ਅਕੈਡਮੀ ਨੇ ਗਤ ਵਰਸ਼ 50 ਕੇ ਕਰੀਬ ਛਾਤਰੋਂ ਕੇ ਵਿਦੇਸ਼ੋਂ ਮੇਂ ਪਲੇਸਮੈਂਟ ਦਿਲਵਾਈ ਹੈ। ਮਿਸ ਮਨੂ ਸ਼ਰਮਾ ਫਰੋਮ ਲੈਕਮੀ ਅਕੈਡਮੀ ਪਾਵਰਡ ਬਾਈ ਐਪਟੈਕ ਪੁਤਲੀ ਘਰ ਅੰਮ੍ਰਿਤਸਰ। सर आज का शो जो हमने ऑर्गेनाइज किया है स्पेशली बच्चों को मोटिवेट करने के लिए है, जो बच्चे ब्यूटी सेक्टर में अपना करियर बिल्ड करना चाहते हैं उनके लिए बहुत अच्छी अपॉर्चुनिटी है। जैसे हमारे लैक्मे का भी बहुत बड़ा इवेंट होता है लैक्मे फैशन वीक, तो जो बच्चे लैक्मे फैशन वीक में परफॉर्म करना चाहते हैं बेसिकली उनको ये एक ट्रायल है हम दे रहे हैं, जो कि आपने वहाँ जाके ऐसे परफॉर्म करना है, उनके अंदर कॉन्फिडेंस आएगा, उनको करियर अपॉर्चुनिटीज़ अच्छी मिलेंगी, तो वो आगे जाके फ्यूचर में बहुत अच्छा अपना करियर जो है वो ग्रो कर सकते हैं। हमारे पास बच्चे जितने भी हमारे आसपास के जितने भी गाँव हैं उसके पास जितने भी अच्छे अच्छे सिटीज़ हैं, इवन तरन तारण जंडियाला ब्यास रैया इवन फिरोजपुर इवन जम्मू से भी हमारे पास स्टूडेंट हैं, तो बेसिकली हमारा मोटिव क्या है कि हमने बच्चों को स्किल्स अच्छी प्रोवाइड करनी है, आगे जाके उनको फ्यूचर में कभी भी ये दिक्कत नहीं आएगी, हमने हैंड जोन अच्छा करना है। अमृतसर से सुनील खोसला की रिपोर्ट। पंजाब में नशों का पूरा बोलबाला है और पंजाब सरकार की तरफ से नशे को रोकने के लिए पूरे यत्न किए जा रहे हैं, तो वहीं आसरा फाउंडेशन नाम की संस्था की तरफ से हल्का गिद्दड़बाह के गांव-गांव जाकर समय समय पर गांव में नशा विरोधी कैंप और सेमिनार और नाटकों राही लोगों को नशे की बुराइयाँ या बुरे प्रभावों बारे जागरूक करवाया जा रहा है। और इसी के चलते कल शाम हल्का गिद्दड़बाह के गांव काउनी में एक सच्ची घटना पर आधारित नशा विरोधी नाटक खेल कर लोगों को नशे बुरे प्रभावों पर जागरूक करवाया गया। ਪੂਰੇ ਕਾਲਜ ਚੋਂ ਉਹ ਤਾਂ ਫਸਟ ਡਿਵੀਜ਼ਨ ਕੀ ਹੁੰਦੀ ਹੈ ਬਈ
ਪਹਿਲਾ ਦਰਜਾ ਚਣਕੀ ਪਹਿਲਾ ਨੰਬਰ ਪਹਿਲਾ ਨੰਬਰ ਓ ਬੱਲੇ 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 ਓ ਖੁਸ਼ ਕਰਤਾ ਮੇਰੇ ਸ਼ੇਰ ਪੁੱਤ ਨੇ ਲਬਰ ਕਰਤਾ ਖਰਾਪੜੇ ਬਾਪੂ ਦਾ ਨਾਂ ਰੋਸ਼ਨ ਪੂਰੇ ਪਿੰਡ ਚ ਲੈ ਪੁੱਤ ਨੂੰ ਆਪਣਾ ਕੀ ਕਹਿੰਦੇ ਹੁੰਦੇ ਨੇ ਮੈਂ ਸ਼ਹਿਰ ਵੱਲ ਜਾ ਰਿਹਾ ਉਹ ਸ਼ਹਿਰੀ ਭਾਸ਼ਾ ਚ ਹਾਂ ਮੋਮੀ ਜਾਮਾ ਚੜਾ ਲੈ ਮੈਂ ਦੇ ਉੱਤੇ ਓ ਬਾਪੂ ਨੂੰ ਸ਼ਹਿਰੀ ਭਾਸ਼ਾ ਚ ਨਹੀਂ ਉਹਨੂੰ ਪੇਂਡੂ ਭਾਸ਼ਾ ਚ ਕਹਿੰਦੇ ਨੇ ਮੋਮੀ ਜਾਮਾ ਸ਼ਹਿਰੀ ਭਾਸ਼ਾ ਚ ਕਹਿੰਦੇ ਨੇ ਲੈਮੀਨੇਸ਼ਨ ਆਹੋ ਲੈਮੀਨੇਟਡ ਹਾਂ ਉਹਦਾ ਮੈਂ ਆਪੇ ਕਰਵਾ ਲੂੰਗਾ ਬਾਪੂ ਹਾਂ ਨਾਲੇ ਬਾਪੂ ਆ ਡਿਗਰੀ ਨੂੰ ਤਾਂ ਮੈਂ ਆਪੇ ਸਾਂਭ ਕੇ ਰੱਖੂੰਗਾ ਹਾਂ ਤੇਰੇ ਪੁੱਤ ਨੂੰ ਆ ਡਿਗਰੀ ਨਹੀਂ ਕਿਸੇ ਦਫ਼ਤਰ ਦੀ ਖਾਲੀ ਕੁਰਸੀ ਤੇ ਬਿਠਾਣੀ ਹੈ ਆਪ ਪੁੱਤ ਐਵੇਂ ਕਰਦਾ ਬਾਪੂ ਇਹਨੂੰ ਬੇਬੇ ਵਾਲੇ ਸਲੂਕ ਚ ਸਾਂਭ ਕੇ ਰੱਖ ਦੇਣਾ ਹਾਂ ਭਾਈ ਕੋ ਤੂੰ ਇਹਨੂੰ ਨਾ ਆਪਣੀ ਬੇਬੇ ਵਾਲੇ ਸਲੂਕ ਚ ਸਾਂਭ ਕੇ ਰੱਖ ਦੇ ਨਾਲ ਮੈਂ ਤੇਰੀ ਪੜ੍ਹਾਈ ਆ ਕਰਮ ਕਰ ਰੋਟੀ ਤੇ ਮੇਰਾ ਸ਼ੇਰ ਪੁੱਤ ਰੋਟੀ ਖਾ ਕੇ ਤੂੰ ਆਰਾਮ ਕਰ ਲਈ ਤੇ ਨਾਲ ਨਾ ਮੈਂ ਸ਼ਹਿਰ ਕਿਹੜਾ ਮਾਰਿਆ ਮੈਨੂੰ ਆੜਤੀ ਦਾ ਕੰਮ ਹੈ ਥੋੜਾ ਜਿਹਾ ਠੀਕ ਆ ਬਾਪੂ ਨਾਲੇ ਮੈਂ ਸ਼ਾਮ ਨੂੰ ਦੇਖੋ ਇਹ ਅੱਜ ਪੰਜਾਬ ਦੀ ਲੋੜ ਹੈ ਪੰਜਾਬ ਦੇ ਹਰ ਚੌਥੇ ਘਰ ਦੇ ਵਿੱਚ ਇਹ ਬਿਮਾਰੀ ਵੜੀ ਹੋਈ ਹੈ ਔਰ ਜੋ ਲੋਕ ਇਸ ਤਰਾਸਤੀ 'ਚੋਂ ਗੁਜ਼ਰਦੇ ਹੈ ਉਹਨਾਂ ਨੂੰ ਪੁੱਛ ਕੇ ਵੇਖੋ ਮੈਨੂੰ ਲੱਗਦਾ ਨਹੀਂ ਕਿ ਕਿਸੇ ਦੀ ਆਵਾਜ਼ ਦੀ ਜਾਂ ਕਿਸੇ ਦੇ ਕਹਿਣ ਦੀ ਲੋੜ ਹੈ ਇਹ ਇੱਕ ਰਿਸਪੋਂਸਿਬਿਲਿਟੀ ਹੈ ਹਰੇਕ ਪੰਜਾਬੀ ਦੀ ਜਿਵੇਂ ਜਿਵੇਂ ਜੋ ਜੋ ਬੰਦਾ ਨਸ਼ਿਆਂ ਦੇ ਖਿਲਾਫ਼ ਜੋ ਵੀ ਕਰ ਸਕਦਾ ਉਹਨੂੰ ਕਰਨਾ ਚਾਹੀਦਾ ਜਿਹੜੀ ਇਹ ਮੁਹਿੰਮ ਤੁਸੀਂ ਅੱਜ ਇੱਥੇ ਕੌਣੀ ਪਿੰਡ ਤੋਂ ਸ਼ੁਰੂ ਕੀਤੀ ਜੀ ਕੀ ਇਹ ਪੂਰੇ ਡਿਸਟ੍ਰਿਕਟ ਜਾਏਗੀ ਜਾਂ ਪੂਰੇ ਪੰਜਾਬ ਦੇਖੋ ਇਹ ਪੂਰੇ ਗਿੱਦੜਬਾਹ ਦੇ ਪਿੰਡਾਂ 'ਚ ਜਾਏਗੀ ਗਿੱਦੜਬਾਹ ਸ਼ਹਿਰ 'ਚ ਜਾਏਗੀ ਉਦੋਂ ਬਾਅਦ ਜਿਸ ਤਰ੍ਹਾਂ ਲੋਕਾਂ ਦੀ ਡਿਮਾਂਡ ਰਹੀ ਜਿਸ ਤਰ੍ਹਾਂ ਲੋਕਾਂ ਨੇ ਕਿਹਾ ਕਿ ਹਾਂਜੀ ਸਾਡੇ ਪਿੰਡਾਂ 'ਚ ਕਰਵਾਓ ਤਾਂ ਹਰ ਉਸ ਥਾਂ 'ਤੇ ਕਰਵਾਇਆ ਜਾਊਗਾ ਜਿੱਥੇ ਲੋਕ ਡਿਮਾਂਡ ਰੱਖਣਗੇ ਇਸ ਚੀਜ਼ ਦੀ ਇੱਕ ਨਾਟਕ ਵੀ ਖੇਡਿਆ ਗਿਆ ਜੀ ਇਹ ਨਾਟਕ ਖੜਾਉਣ ਦਾ ਇੱਕ ਮਕਸਦ ਸੀ ਕਿ ਜਿਹੜੀ ਯੂਥ ਹੈ ਸਾਡੀ ਜਿਹੜੀ ਯੰਗ ਜਨਰੇਸ਼ਨ ਹੈ ਬੜੀ ਵਾਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਇਹਦੇ ਨਸ਼ੇ ਦੇ ਇਫੈਕਟਸ ਕੀ ਹੈ ਜ਼ਿੰਦਗੀ 'ਤੇ ਅਸਰ ਕੀ ਪੈਂਦਾ ਇਸ ਚੀਜ਼ ਦਾ ਉਹਦੀ ਇੱਕ ਲਾਈਵ ਇੱਕ ਤਰ੍ਹਾਂ ਦਾ ਡਰਾਮਾ ਵਿਖਾ ਕੇ ਉਹਨਾਂ ਨੂੰ ਦੱਸਿਆ ਗਿਆ ਕਿ ਇਹ ਚੀਜ਼ ਬਹੁਤ ਖਤਰਨਾਕ ਹੈ ਉਹ ਦੇਖ ਕੇ ਜਦੋਂ ਬੱਚੇ ਅੱਜ ਕੱਲ੍ਹ ਦੇ ਬੱਚੇ ਨਾ ਹਰ ਚੀਜ਼ ਤੁਰੰਤ ਪਾਲਦੇ ਹੈ ਬਿਕੋਜ਼ ਇੰਟਰਨੈਟ ਦਾ ਜ਼ਮਾਨਾ ਹੈ ਹਰ ਚੀਜ਼ ਗੂਗਲ 'ਤੇ ਇੱਕ ਸੈਕਿੰਡ 'ਚ ਨਿਕਲ ਆਉਂਦੀ ਹੈ ਜੇ ਆਪਾਂ ਉਹਨਾਂ ਨੂੰ ਇਹ ਦੱਸੀਏ ਕਿ ਦੇਖੋ ਜੇ ਕਰੋਗੇ ਤਾਂ ਇਹਦਾ ਰਿਜ਼ਲਟ ਆਇਆ ਤੁਹਾਡੀ ਜ਼ਿੰਦਗੀ ਇੰਨੀ ਦੁਸ਼ਵਾਰ ਹੋ ਜੂਗੀ ਜਦੋਂ ਉਹਨਾਂ ਨੂੰ ਦੇਖਣਗੇ ਨਾ ਆਈ ਐਮ ਸ਼ੋਰ ਉਸ ਚੀਜ਼ ਦਿਮਾਗ 'ਤੇ ਅਸਰ ਜ਼ਰੂਰ ਕਰੂਗੀ ਅਤੇ ਬੱਚੇ ਨਸ਼ੇ ਨਹੀਂ ਕਰਨਗੇ ਮੈਂ ਇਸ ਮਾਈਂਡਸੈਟ ਦੇ ਨਾਲ ਇਹ ਮੁਹਿੰਮ ਸਟਾਰਟ ਕੀਤੀ ਹੈ ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ ਹੋਈਆਂ ਨਸ਼ਾ ਰੋਕੋ ਕਮੇਟੀਆਂ ਕਈ ਕਮੇਟੀਆਂ ਦਾ ਲੋਕ ਸਾਥ ਵੀ ਦੇ ਰਹੇ ਨੇ ਕਈਆਂ ਦੇ ਲੋਕ ਕੰਗ ਆ ਚੁੱਕੇ ਜਾਂ ਨਸ਼ਾ ਤਸਕਰ ਉਹਨਾਂ ਤੇ ਹਮਲਾ ਕਰ ਰਹੇ ਜਿਸ ਤਰ੍ਹਾਂ ਕਿ ਪਿੰਡ ਗਿੱਦੜਵੇ ਦਾ ਹਲਕਾ ਕੋਟਲੀ ਪਿੰਡ ਇੱਕ ਕੋਟਲੀ ਆਪੂ ਹਾਂਜੀ ਨਸ਼ਾ ਤਸਕਰਾਂ ਵੱਲੋਂ ਨਸ਼ਾ ਵਿਰੋਧੀ ਕਮੇਟੀ ਜਿਹੜੇ ਨਸ਼ਾ ਨੂੰ ਰੋਕਦੇ ਆ ਕਮੇਟੀਆਂ ਬਣੀਆਂ ਮੈਂਬਰਾਂ ਦੇ ਕੋਲੇ ਬਣੀਆਂ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ ਦੋ ਤਰ੍ਹਾਂ ਦੇ ਲੋਕ ਹੁੰਦੇ ਆ ਚੰਗੇ ਅਤੇ ਮਾੜੇ ਹਰ ਸੋਸਾਇਟੀ ਦੇ ਵਿੱਚ ਅੱਜ ਜੇ ਤੁਸੀਂ ਬਹੁਤ ਡਿਵੈਲਪਡ ਕੰਟਰੀਜ਼ ਦੀ ਗੱਲ ਕਰੋ ਅਮੈਰੀਕਾ ਦੀ ਗੱਲ ਕਰੋ ਕੈਨੇਡਾ ਦੀ ਗੱਲ ਕਰੋ ਸਰਕਾਰਾਂ ਬੜੀਆਂ ਸਖਤ ਹੈ ਕਾਨੂੰਨ ਬੜੇ ਸਖਤ ਹੈ ਨਸ਼ਾ ਉੱਥੇ ਵੀ ਸਰਕਾਰ ਨਹੀਂ ਰੋਕ ਸਕੀ ਜੋ ਆਸਰਾ ਫਾਊਂਡੇਸ਼ਨ ਵੱਲੋਂ ਇਹ ਫੰਕਸ਼ਨ ਕਰਵਾਇਆ ਗਿਆ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਮੁੱਚੇ ਨਗਰ ਦੇ ਸਹਿਯੋਗ ਨਾਲ ਬਹੁਤ ਵਧੀਆ ਉਪਰਾਲਾ ਇਹ ਵੈਸੇ ਪਹਿਲਾਂ ਵੀ ਆਸਰਾ ਫਾਊਂਡੇਸ਼ਨ ਜਿਹਨੇ ਸਮਾਜ ਸੇਵਾ ਦੇ ਬੜੇ ਕੰਮਾਂ ਵਾਸਤੇ ਬੀੜਾ ਚੁੱਕਿਆ ਮੈਂ ਧੰਨਵਾਦ ਕਰਦਾ ਸਾਡੀ ਛੋਟੀ ਭੈਣ ਬੀਬਾ ਅੰਮ੍ਰਿਤਾ ਵਿੜਿੰਗ ਦਾ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਹੈ ਜੋ ਕਿ ਸਾਡੇ ਸਮਾਜ 'ਚ ਨਸ਼ਿਆਂ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵੱਲ ਗ੍ਰਸਤ ਹੁੰਦੀ ਜਾ ਰਹੀ ਹੈ ਉਹਨਾਂ ਨੂੰ ਇਸ ਪਾਸੇ ਹਟਾਉਣ ਵਾਸਤੇ ਔਰ ਜੋ ਆਉਣ ਵਾਲੇ ਭਵਿੱਖ ਹੈ ਬੱਚੇ ਹੈ ਉਹਨਾਂ ਨੂੰ ਨਾਟਕਾਂ ਰਾਹੀਂ ਇਹ ਨਾਟਕ ਦਿਖਾ ਕੇ ਅਸੀਂ ਪ੍ਰੇਰਿਤ ਕਰ ਸਕਦੇ ਹਾਂ ਉਹ ਨਸ਼ਿਆਂ ਦਾ ਜੋ ਇਹ ਰੁਝਾਨ ਹੈ ਨਸ਼ਿਆਂ ਦਾ ਹਸ਼ਰ ਅਜਿਹਾ ਹੀ ਹੋਵੇਗਾ ਜੋ ਨਾਟਕ ਰਾਹੀਂ ਉਹਨਾਂ ਨੇ ਦਿਖਾ ਕੇ ਜਿਹੜੇ ਆਉਣ ਵਾਲੀ ਪੀੜ੍ਹੀ ਨੂੰ ਇਸ ਨਸ਼ੇ ਪਾਸਿਓਂ ਬਚਣ ਵਾਸਤੇ ਪ੍ਰੇਰਿਤ ਕੀਤਾ ਮੁਕਤਸਰ ਸੋਨੂੰ ਖੇੜਾ ਕੀ ਰਿਪੋਰਟ ਪੰਜਾਬ ਸ਼ੇਰਨੀ ਪਰਮ ਪੂਜ ਸਾਧਵੀ ਸ਼੍ਰੀ ਪ੍ਰਮੋਦ ਸ਼੍ਰੀ ਜੀ ਮਹਾਰਾਜ ਸਾਹਿਬ ਕੇ ਸੁਸ਼ਿਸ਼ ਸਾਧਵੀ ਸ਼੍ਰੀ ਪ੍ਰੀਤੀ ਸੁਦਾ ਜੀ ਮਹਾਰਾਜ ਸਾਹਿਬ ਥਾਣੇ 3 ਲੁਧਿਆਣਾ ਕੇ ਦ੍ਰਿਸ਼ ਸਥਿਤ ਧਰਮ ਕਮਨ ਹਾਲ ਮੇ ਚਾਤੁਰਮਾਸ ਸੇਤੁ ਵਿਰਾਜਮਾਨ ਹੈ ਇਸ ਮੌਕੇ ਪਰ ਸਭੀ ਸਾਧਵੀ ਭਗਵੰਤੋ ਨੇ ਮੰਗਲਮੇ ਪਾਠ ਮੇ ਪ੍ਰੋਚਨ ਕੀਏ ਪਚਖਾਨ ਏਕ ਉਪਾਸ ਮੇ ਉਪਾਸ ਤਨ ਉਪਾਸ ਪਾਣਹਾਰ ਚਾਰੋ ਹੀ ਪਛਖਾਨ ਆ ਜਾਏਗੇ ਸੂਰਯ ਹੋ ਗਏ ਅੱਠਮ ਬੱਤਮ ਸੂਰਯ ਹੋ ਗਏ ਛੱਠਮ ਬੱਤਮ ਸੂਰਯ ਹੋ ਗਿਆ ਬਤੱਠਮ ਪਚਖਾਈ ਤੀਵੀ ਅੰਬ ਹਾਰਮ ਅਸ਼ਨਮ ਕਾਇਮਮ ਸੈਮਮ ਪਾਣਾਰ ਪੋਰਸੀ ਸਾਠ ਪੋਰਸੀ ਸੂਰਯ ਗਿਆ ਪੁਰੀ ਮੁਢਾ ਵਟ ਮੁੱਠੀ ਸਹੀ ਪਛਖਾਈ ਪੱਛਣ ਗਣ ਦਿਸਾ ਮੈਣਮ ਸਾਹੂ ਵਿਣ ਮਤਰਮ ਸਭ ਸਿੱਤਿਆ ਗਣਮ ਪਾਣਸ ਲਿਮਿਣਵਾ ਅਲਿਮਿਣਵਾ ਛਿਣ ਬੋਲਣਾ ਸਾਸੀ ਤਿਣਵਾ ਸਿੱਤਵਾ ਬੋਸੀ ਰੇ ਨੋਕਾਸੀ ਪੋਰਸੀ ਸਾਠ ਪੋਰਸੀ ਇਕਾਸ਼ਨੂੰ ਬਿਆਸ਼ਨੂੰ ਅੰਬਿਲ ਉਗੇ ਸੂਰਯ ਨਮੁਕਾਰਸੀ ਪੋਰੀ ਸੀ ਸਾਠ ਪੋਰੀ ਸੀ ਮੁਰਸੀ ਪਛਕਾਈ ਉਗੇ ਸੂਰਯ ਚੋਵਿਮ ਬਿਹਾਰਮ ਅਸ਼ਨਮ ਪਾਨਮ ਗਾਇਮਮ ਸੈਮਮ ਪੱਛਣ ਗਣ ਦਿਸਾ ਮੈਣਮ ਸਾਵਣਮ ਆਇਮ ਬਿਲੰ ਵੀ ਗਈ ਬੱਚਾ ਖਾਈ ਲੇਵਾ ਲੇਵਣਮ ਗੀਤਾ ਸੰਸੀਤਣ ਮੁਕੀਤ ਵਿਵੇਗਣਮ ਪੜੁੱਚਾ ਮੱਖੀ ਲੁਧਿਆਣਾ ਸੇ ਕੈਮਰਾਮੈਨ ਸੋਨੂ ਕੇ ਸਾਥ ਅਭਿਨੰਦਨ ਕੀ ਰਿਪੋਰਟ ਫਿਰੋਜ਼ਪੁਰ ਮੇਂ ਦਿਵਯ ਜੋਤੀ ਜਾਗਰਣ ਸੰਸਥਾਨ ਔਰ ਫਿਰੋਜ਼ਪੁਰ ਕੀ ਸੰਗਤ ਕੇ ਸਹਿਯੋਗ ਸੇ ਕਲਸ਼ ਯਾਤਰਾ ਕਾ ਆਯੋਜਨ ਕੀਆ ਗਿਆ ਇਹ ਯਾਤਰਾ ਮਾਤਾ ਸ਼ੀਤਲਾ ਦੇਵੀ ਮੰਦਿਰ ਸੇ ਪ੍ਰਾਰੰਭ ਹੋਕਰ ਫਿਰੋਜ਼ਪੁਰ ਛਾਵਣੀ ਰਾਮ ਬਾਗ ਮੇਂ ਸਮਾਪਨ ਹੋਈ ਇਹ ਯਾਤਰਾ ਰਾਮ ਬਾਗ ਸੇ ਸ਼ੁਰੂ ਹੋਣੇ ਜਾ ਰਹੀ ਮਧ ਭਾਗਵਤ ਕਥਾ ਕੇ ਸੰਬੰਧ ਮੇਂ ਨਿਕਾਲੀ ਗਈ ਜਿਸ ਮੇਂ ਲੋਗੋਂ ਨੇ ਬੜ ਚੜ ਕਰ ਆਪਣਾ ਯੋਗਦਾਨ ਦਿਆ ਰਾਮ ਬਾਗ ਕੇ ਪ੍ਰਧਾਨ ਹਰੀਸ਼ ਗੋਇਲ ਨੇ ਬਤਾਇਆ ਕਿ ਇਹ ਮਧ ਭਾਗਵਤ ਕਥਾ 18 ਅਗਸਤ ਸੇ ਲੇਕਰ 22 ਅਗਸਤ ਤੱਕ ਰਾਮ ਬਾਗ ਫਿਰੋਜ਼ਪੁਰ ਛਾਵਣੀ ਮੇਂ ਚਲੇਗੀ
उन्होंने लोगों से अनुरोध किया कि सभी भक्तगण इसमें शामिल होकर धर्मलाभ उठाएं। आज बहुत ही ऐतिहासिक दिन है। श्रीमद् भागवत कथा जो 18 तारीख से 22 तारीख तक श्री रामबाग में होने जा रही है, दिव्य ज्योति जागृति संस्थान के प्रमुख संस्थापक श्री आशुतोष महाराज जी की शिष्य इसमें अपने मधुर वचनों से हमें कथा का रसपान कराएंगी। उस निमित्त आज शोभा यात्रा भागवत ग्रंथ जी की श्री शीतला माता मंदिर जी से मुख्य बाजारों में होती हुई श्री रामबाग में समाप्त होगी। वहीं पर 300 के करीब लगभग कलश जो माताएं सिरों पर लेकर मुख्य बाजारों में से होती हुई जा रही हैं। कलश यात्रा के बारे में जो कथा हो रही है उसके बारे में आप क्या कहेंगे? दिव्य ज्योति जागृति संस्थान के द्वारा सनातन धर्म के प्रचार प्रसार के लिए और भारतीय संस्कृति के प्रसार के लिए ये सुंदर और भव्य श्री कृष्ण कथा का आयोजन किया गया है, जो 18 अगस्त से लेकर 22 अगस्त तक श्री रामबाग फिरोजपुर छावनी के अंदर चलेगी, जिसका समय रहेगा सायंकालीन 7 बजे से लेकर 10 बजे तक। जिस कार्यक्रम में सर्व श्री आशुतोष महाराज जी की परम शिष्या कथाव्यास साध्वी सुश्री रूपेश्वरी भारती जी श्री कृष्ण कथा का वाचन करेंगे, और श्री कृष्ण कथा के उपलक्ष्य में आज श्री शीतला माता मंदिर से ये मंगलमय कलश यात्रा निकाली जा रही है, जो कि मंगल का सूचक है। इस कृष्ण कथा के माध्यम से दिव्य ज्योति जागृति संस्थान लोगों को नशा ना करें, कन्या भ्रूण हत्या ना करें, पर्यावरण का संरक्षण करें, इस प्रकार की अनेक प्रकार की सामाजिक शिक्षाएँ भी मंच के द्वारा दी जाएंगी। दिव्य ज्योति जागृति संस्थान सबका आह्वान करता है कि आप सभी बढ़ चढ़कर प्रभु की इस पावन कथा में पहुँचें। फिरोजपुर से मंजीत सिंह की रिपोर्ट। श्रमण संघ के मंत्री श्री आशीष मुनिजी महाराज साहिब, तत्व चिंतक श्री उत्तम मुनिजी महाराज साहिब ठाणे 2 एवं उपरिवर्तनी महासत्य श्री सुमन कुमारी जी महाराज साहिब के सुशिष्य जनशासन ज्योति साध्वी श्री गीता जी महाराज साहिब, मधुर गायिका श्री सलोनी जी महाराज साहिब, उजस्वी वक्ता श्री वृद्धि जी महाराज साहिब, विज्ञाभिलाषी श्री वर्णिका जी महाराज साहिब ठाणे 4 ऐसे जैन सभा सिविल लाइन्स में विराजमान है। आज सभी भक्तों ने महाराज साहिब के दर्शनों एवं प्रवचनों का लाभ लिया। निर्मल जल है और वो गंदे पानी के संपर्क में आकर कि जे क्या हो जाता है, और वो बूंदे गंदी हो जाती है, खुद का दामन भी गंदा हो गया, जिस जिस के शरीर में जहाँ पर भी जो छींटे पड़ गए और वहीं पर और उसको गंदा करने वाले, इसी तरह से भाइयों बहनों संसार में जैसी जैसी संगति होती है, संगति का असर पड़े बगैर रह नहीं सकता है। अच्छे लोगों के संपर्क में रहते हैं, अच्छाइयाँ हमारे जीवन के अंदर आती चली जाएगी। अगर बुरे लोगों के संपर्क में रहेंगे तो वो बुराइयाँ हमारे जीवन में आती चली जाएगी। इतिहास भरा पड़ा है, साहित्य भरा पड़ा है, आगम के अंदर उद्धरण भरे पड़े हैं। आप लोगों ने परसों पल्ले दिन परदेशी राजा के उस प्रकरण को सुना था, कितना क्रूर कर्मी था, कितना खूंखार जीवन जीने वाला था, और साक्षात धर्म अधर्म का अवतार कह करके शास्त्रकार ने खुद उसको जे संबोधित किया। लेकिन और मंत्री अच्छा था, मंत्री के मन में पूरी तरह से ये भाव थे किसी न किसी तरह से मेरे जीवन में तो परिवर्तन आया, मुझे तो अमृत का रसास्वादन, धर्म के अमृत का रसास्वादन करने का मौका मिल गया। अगर राजा भी, वो क्रूर कर्मी राजा भी वो अमृत का पान करने वाले बने तो उसके जीवन में भी परिवर्तन आ सकता है। ऐसे भावों के साथ बुद्धिमत्ता से दूर दृष्टि। लुधियाना से कैमरामैन सोनू के साथ अभिनंदन की रिपोर्ट। पंजाब केसरी परम पूज्याचार्य भगवंत श्रीमद विजय धर्म धुरंधर सुरेश्वर जी महाराज साहेब मुंबई के शेठ मोतीशाह लेन लव लेन भाई कला स्थित जैन स्थानक में चातुर्मास हेतु विराजमान है। इस मौके पर महाराज साहेब ने मंगल में पाठ एवं प्रवचनों से भक्तों को संबोधित किया। उसने दरवाजा खोल दिया, दरवाजा खोल करके अंदर गया। अब वो क्या जाने ब्राह्मण पंडित जैन साधु साध्वी जी की नियमावली को वो क्या जाने। आधी रात का समय अकेली साध्वी और उनके सामने खड़ा होकर के वो कहते हैं कि क्या ये चिक चिक लगा रखा है,
क्या चक चक है? तो वो साध्वी जी कहती है, चक चक तो भैया किसी घर में नया नया गोबर लिपाऊ ना तब चक चक होता है। उसको महसूस हुआ जैसे कि नेले पर दैला किसी ने फेंका हो, और वो संभल गया। फिर उसने कहा कि ऐसा नहीं, ऐसा नहीं, ऐसा नहीं, मेरी बात का कहने का भाव ये नहीं था। आप जो श्लोक पढ़ रही हो उसमें बार बार चक 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 जो आता है, मैं उस विषय में पूछ रहा हूं। मैं ये समझना चाहता हूं कि क्या ये चक चक है? चक चक नहीं था, चक्की शब्द था। साध्वी जी ने कहा, उसको देखा, साध्वी जी के सामने एक बहुत प्रभावशाली व्यक्ति खड़ा हुआ था, और साध्वी जी ने कहा कि देखो हमारी कुछ अध्ययन के विषय में भी मर्यादा है, हम समझ सकते हैं परंतु समझाने का अधिकार तो गुरु जी के पास है। गुरु जी के पास जाइएगा। और दूसरे दिन मुंबई से कैमरामैन बलविंदर के साथ अभिनंदन की रिपोर्ट। आज के समाचार पर यहीं तक, मैं अभिनंदन कल फिर हाजिर रहूंगा कुछ और नए धार्मिक और सामाजिक समाचारों के साथ। आप यूं ही देखते रहिए और बने रहिए आत्मा चैनल के साथ। जय जिनेंद्र।